ਇਹ ਜੀ 1983 ਜ਼ਮੀਨ ਖਰੀਦੀ ਹੈ ਜੀ, ਅਤੇ 3 ਸਾਲ ਅਸੀਂ ਵੀ ਉਹਦਾ ਨਰਮੇ ਵਜੀਂਦੇ ਹੈ ਜਾਂ ਤਿਲ ਵਜੀਂਦੇ ਹਾਂ ਜੀ, 3 ਸਾਲ ਬੀਜ ਕੇ ਉਸ ਬਾਅਦ ਇਹਨਾਂ ਦਾ ਲਿੰਕ BSF ਨਾਲ ਕਰ ਲਿਆ ਅਤੇ ਆ ਤਾਰਬੰਦੀ ਲੱਗ ਗਈ, ਅਤੇ ਤਾਰਬੰਦੀ ਲੱਗਣ ਤੋਂ ਬਾਅਦ ਸਾਡੇ ਡੰਟੀ ਕਾਰਡ ਨਹੀਂ ਬਣੇ ਜੀ, ਸਾਡੇ ਡੰਟੀ ਕਾਰਡ ਬਣਨਾ ਤਾਂ ਹੀ BSF ਅੱਗੇ ਆਉਣ ਦੇ ਜੀ, ਤਾਂ ਅਸੀਂ ਫਿਰ ਵਾਪਸ ਮੁੜ ਜਾਈਦਾ, ਅਤੇ ਫਿਰ ਮੈਂ ਸੀ ਮੋਟਰ ਮਕੈਨ ਕੰਮ ਕਰਦਾ ਮਿਸਤਰੀ ਦਾ, ਕਿਸੇ ਮੋਟਰ ਸੜ ਜਾਣੀ ਪੱਟ ਕੇ ਲਿਆਉਣੀ ਲੈ ਜਾਣੀ, ਉਹ ਕਦੇ ਆਉਣਾ ਅਤੇ ਕਦੇ ਇੱਧਰ ਜਾਣਾ, ਅਤੇ ਇਹਦੇ ਇਹ ਆਪ ਖੜਾ ਜਾਂ ਬੰਦੇ ਕੋਈ ਖੜੇ ਹੁੰਦੇ ਹੈ, ਦਾਬਾ ਲਾਉਂਦੇ ਵੀ ਇੱਧਰ ਅੱਗੇ ਆਉਣਾ ਨਹੀਂ ਤੈਨੂੰ, ਅਤੇ ਕੁੱਟ ਮਾਰਨਾ ਕਰਾਂ ਦੇ, ਅਤੇ ਆਦਮੀ ਹਰ ਕੋਈ ਡਰਦਾ ਜੀ। ਨਹੀਂ ਇਹਦੇ ਕੋਲ ਕੀ ਪਾਵਰ ਸੀ ਕੁੱਟ ਮਾਰ ਦੀ? ਇਹ ਫਿਰ ਭਾਈ ਧਿਆਨ ਸਿੰਘ ਮੰਡ ਦਾ ਬਾਡੀਗਾਰਡ ਰਿਹਾ ਹੈ। ਅੱਛਾ, ਉਹ ਦਾਬਾ ਮਾਰਦਾ ਸੀ? ਉਹ ਦਾਬਾ ਮਾਰ ਮੇਰੇ ਆਉਂਦਾ ਸੀ, ਮੇਕਰ ਕਿਹਾ ਵੀ ਆਪਾਂ ਫੈਸਲਾ ਬਹਿ ਕੇ ਕਰ ਲਈਏ, ਕਹਿੰਦਾ ਜੀ ਮੇਰੇ ਬੰਦੇ ਆਉਣਗੇ ਫੈਸਲਾ ਉਹ ਕਰਨਗੇ, ਬਾਹਰੋਂ ਬੰਦੇ ਮੇਰੇ ਆ ਜਾਣਗੇ ਉਹ ਤੇਰੀ ਕੁੱਟ ਮਾਰ ਕਰ ਜਾਣਗੇ। ਅੱਛਾ, ਅਸੀਂ ਡਰਦੇ ਹੋਏ ਜੀ ਚੁੱਪ ਕਰਕੇ। ਦਾਬੇ ਕੌਣ ਮਾਰਦਾ ਸੀ? ਮੰਡ ਸਾਹਿਬ ਮਾਰ? ਇਹ ਮੰਡ ਸਾਹਿਬ ਇਹ ਮੰਡ ਹੀ ਸਦਾਉਂਦਾ ਜੀ, ਆਪ ਨਾ ਆਪ ਹੀ ਮੰਡ ਸਦਾਉਂਦਾ, ਹਰ ਇੱਕ ਆਦਮੀ ਮੰਡ ਕਰਕੇ ਬੋਲਦਾ ਜੀ। ਅੱਛਾ, ਉਹਨਾਂ ਨੇ ਤਾਂ ਕਦੇ ਨਹੀਂ ਕਦੇ ਦਾਬਾ ਮਾਰਿਆ, ਇਹ ਆਪ ਹੀ ਮਾਰਦਾ? ਆਪ ਹੀ ਮਾਰਦਾ ਇਹ, ਇੱਕ ਕਹਿੰਦਾ ਮੇਰੇ ਬੰਦੇ ਮੈਂ ਫੋਨ ਕਰ ਦਾਂਗਾ ਮੇਰੇ ਬੰਦੇ ਆ ਜਾਣਗੇ। ਅੱਛਾ, ਉਹ ਕੀ ਪਤਾ ਪਾਰਟੀ ਹੁੰਦੀ ਨਿੱਕੀ ਕਿ ਵੱਡੀ, ਵਾਹਿਗੁਰੂ ਜਾਣੇ, ਤਾਂ ਇਹਨੂੰ ਪਤਾ ਹੈ ਜਾਂ ਉਹਨੇ ਦੇ ਬੰਦੇ ਨੂੰ ਪਤਾ ਹੈਗਾ ਜੀ। ਹੁਣ ਬੰਦੇ ਕਿੱਧਰ ਗਏ? ਹੁਣ ਜੀ ਆਪਾਂ ਕੀ ਕਹਿ ਸਕਦੇ ਹਾਂ, ਨਹੀਂ ਜਿਹਨਾਂ ਨੂੰ ਦਾਬਾ ਮਾਰਦਾ ਸੀ ਹੁਣ ਕਿੱਧਰ ਗਏ? ਹੁਣ ਤਾਂ ਦੇਣੀ ਪਈ ਆ, ਹੁਣ ਹਾਂ ਦੇਣੀ ਪਈ ਨਾ। ਫਿਰ ਜੀ ਅਸੀਂ ਸਰਕਾਰ ਦੇ ਅੱਗੇ ਰੋਨੇ ਕੋਕੇ ਆ, ਜੱਜਾਂ ਸਾਹਿਬ ਵੇਸ਼ਭੂਸ਼ ਹੁੰਦੇ ਨੇ ਸਾਰੇ, ਜਿਹਨੇ ਕਾਗਜ਼ ਪੱਤਰ 1983 ਦੇ ਗਰਦਾਵ ਰਜਿਸਟਰੀ ਇੰਤਕਾਲ ਸਾਰਾ ਕੁਝ ਵਿਖਾਉਂਦੇ ਰਹੇ ਜੀ। ਫਿਰ ਜੱਜ ਸਾਹਿਬ ਨੇ ਵੇਖ ਕੇ ਹਵਾਲਾ, ਅਤੇ ਉਹਨਾਂ ਕਿਹਾ ਵੀ ਮਾਲਕ ਠੀਕ ਤੁਸੀਂ ਹੈਗੇ, ਚਲੋ ਸਾਡਾ ਪਿਤਾ ਤਾਂ ਮਰ ਗਿਆ ਜੀ, ਡੈਥ ਹੋ ਗਈ। ਉਸ ਤੋਂ ਬਾਅਦ ਅਸੀਂ ਇੱਕ ਮੈਂ ਭਰਾ ਹੈਗਾ, ਦੋ ਭਰਾ ਮੈਂ ਤੁਹਾਨੂੰ, ਕੇਸ ਲੜਦੇ ਲੜਦੇ ਮਰ ਗਏ? ਹਾਂ ਲੜਦੇ ਲੜਦੇ ਮਰ ਗਏ ਜੀ। ਚੰਡੀਗੜ੍ਹ ਕੇਸ ਕੀਤੀ ਰੱਖਾ, ਗਰਦਾਵਰੀ ਵੀ ਟੁੱਟ ਜਾਵੇ, ਨਹੀਂ ਟੁੱਟੀ ਉਹ ਵੀ, ਸਾਡੇ ਮੱਖਣ ਸਿੰਘ ਨਾਂ ਚੱਲਦੀ ਰਹੀ, ਫਾਜ਼ਿਲਕਾ ਵੀ ਚੱਲਦੀ ਰਹੀ, ਫਿਰੋਜ਼ਪੁਰ ਵੀ ਚੱਲਦੀ ਰਹੀ ਜੀ। ਵੀ ਜਿੰਨਾ ਕੁ ਅਸੀਂ ਮਿਹਨਤ ਦਿਹਾੜੀ ਕਰਨੀ, ਪੈਸਾ ਲਾਉਂਦੇ ਰਹੇ ਜੀ, ਅਤੇ ਇਹ ਇਸ ਜ਼ਮੀਨ ਦੀ ਆਮਦਨ ਕਰਕੇ ਵਿੱਚੋਂ ਲਾਈ ਗਈ ਇਸੇ ਦੀ, ਇਹ ਕਮਾ ਕੇ ਉੱਤੇ ਲਾਉਂਦਾ ਰਿਹਾ ਜੀ। ਤੁਸੀਂ ਦਿਹਾੜੀਆਂ ਕਰਕੇ? ਦਿਹਾੜੇ ਕਰਕੇ ਲਾ ਦਿਆ ਜੀ। ਬੜਾ ਔਖਾ ਬਹੁਤ, ਕਦੇ ਫਿਰ ਮਨ 'ਚ ਇਹ ਨਹੀਂ ਆਇਆ ਵੀ ਛੱਡੋ ਦਫਾ ਕਰੋ, ਵੀ ਉਨੇ ਕੁ ਕਮਾਨੇ ਆ ਖਾਈਏ ਕਿ ਕੇਸ 'ਤੇ ਲਾਈਏ? ਇੰਨੀ ਮਨ 'ਚ ਆਉਂਦਾ ਸੀ, ਫਿਰ ਵੀ ਸਾਰੀ ਜਾਇਦਾਦ ਹੈਗੀ ਨਾ, ਪਿਤਾ ਦੀ ਜਾਇਦਾਦ ਹੈਗੀ ਜੀ, ਇਸ ਗੱਲ ਨੂੰ ਸੋਚਣਾ ਪੈ ਜਾਂਦਾ ਜੀ। ਫਿਰ ਹੋਰ ਵੀ ਅਸੀਂ ਪੜੋਸੀ ਕਹਿੰਦੇ ਲੈ ਵੀ ਤੁਹਾਡੇ ਕੋਲ ਪੈਸਾ ਲਾਉਣ ਜੋਗੋ ਨਹੀਂ, ਤੁਹਾਡੀ ਜਾਇਦਾਦ ਖਾਧੀ ਜਾਂਦਾ ਬਹਿ ਕੇ ਇਕੱਲਾ ਹੈ, ਅਤੇ ਤਾਂ ਸਾਹਿਬ ਜੀ ਫਿਰ ਸਾਨੂੰ ਚੁੱਪ ਕਰਨਾ ਪੈ ਗਿਆ। ਬੜਾ ਸੰਘਰਸ਼ ਕੀਤਾ, ਬਹੁਤ ਤਗੜਾ ਕੀਤਾ ਜੀ। ਆਖਿਰਕਾਰ ਅੱਜ ਜਿਹੜਾ ਹੈਗਾ ਉਹ ਸੰਘਰਸ਼ ਜਿਹੜਾ ਤੁਸੀਂ ਕੀਤਾ ਹੈ, ਉਹਦਾ ਅੱਜ ਫਲ ਮਿਲ ਗਿਆ? ਮਿਲ ਗਿਆ ਜੀ, ਮਿਲ ਗਿਆ ਜ਼ਰੂਰ। ਦੱਸੋ ਹੁਣ ਖੁਸ਼ੀ ਹੈ? ਖੁਸ਼ੀ ਹੈ ਸਾਨੂੰ, ਬਿਲਕੁਲ ਪੂਰੀ ਖੁਸ਼ੀ ਹੈ ਜੀ, ਸਾਨੂੰ ਵੀ ਖੁਸ਼ੀ ਹੈ। ਹਾਂ, ਉਹ ਜੇ ਜਿੰਦਿਆਂ ਜੀ ਮਿਲ ਜਾਂਦੀ ਹੈ ਅਤੇ ਉਹ ਵੀ ਵੇਖ ਲਓ, ਉਹ ਸਾਡਾ ਪਿਤਾ ਵੀ ਵੇਖਿਆ ਜੀ, ਕਬਜ਼ਾ ਵੀ ਜ਼ਰੂਰ ਜ਼ਰੂਰ ਦਵਾਇਆ ਜਾਵੇ, ਅਤੇ ਕਬਜ਼ਾ ਵੀ ਜ਼ਰੂਰ ਦਵਾਇਆ ਜਾਵੇ ਜੀ। ਉਹਨਾਂ ਜਾਏ ਨੇ ਕਬਜ਼ਾ ਦਵਾਉਣ? ਹਾਂਜੀ ਆਏ ਨੇ ਜੀ, ਪਟਵਾਰੀ ਸਾਰੇ ਆਏ ਹੋਏ ਨੇ, ਆਏ ਹੋਏ ਨੇ ਜੀ। ਦਰਸ਼ਨ ਸਿੰਘ ਜੀ, ਸਾਨੂੰ ਮੱਖਣ ਸਿੰਘ ਜੀ, ਅੱਜ ਅਸੀਂ ਉਹਨਾਂ ਹੁਕਮਾਂ ਨੂੰ ਮੰਨਦੇ ਹੋਏ ਇਹਨਾਂ 2 ਨੰਬਰ ਖਸਰਾ ਦੀ 30/6 ਤੇ 15 ਦੀ ਡਿਮਾਰਕੇਸ਼ਨ ਕੀਤੀ ਹੈ, ਜੋ ਇਹਨਾਂ ਧਿਰਾਂ ਵੱਲੋਂ ਸਾਨੂੰ ਇੱਥੇ ਜੋ ਆਂਢ ਗੁਆਂਢ ਦੇ ਬੰਦੇ ਰਹਿੰਦੇ ਆ ਉਹਨਾਂ ਨੇ ਸਾਨੂੰ ਮੁਰੱਬਾ ਪੱਥਰ ਵਿਖਾਏ, ਉਹਨਾਂ ਪੱਥਰਾਂ ਨੂੰ ਬਜ਼ਰੀਆ DGPS ਮਸ਼ੀਨ ਅਸੀਂ ਚੈੱਕ ਕੀਤਾ, ਜੋ ਸਾਨੂੰ ਚੈੱਕ ਕਰਨ 'ਤੇ ਪਤਾ ਲੱਗਿਆ ਵੀ ਉਹ ਠੀਕ ਹੈ। ਉਹਨਾਂ ਦੀ ਜੋ ਸਾਨੂੰ ਡਾਇਰੈਕਸ਼ਨ ਮਿਲੀ ਹੈ ਪੱਥਰਾਂ ਦੇ ਹਿਸਾਬ ਨਾਲ, ਇਹ ਨੰਬਰ ਜਿੱਥੇ ਆਉਂਦੇ ਸੀ ਅਸੀਂ ਉਸ ਥਾਂ 'ਤੇ ਨਿਸ਼ਾਨੀਆਂ ਲਵਾਤੀਆਂ, ਅਤੇ ਧਿਰਾਂ ਨੂੰ ਹਦਾਇਤ ਕਰਤੀ ਵੀ ਝੋਨਾ ਵੱਢਿਆ ਜਾਊਗਾ ਭਾਈ,
ਉਸ ਤੋਂ ਬਾਅਦ ਜੇ ਕਿਸੇ ਨੂੰ ਕੋਈ ਸ਼ੱਕ ਆ ਤਾਂ ਆਪਦੀ ਤਸੱਲੀ ਕਰ ਲਿਆ ਜੀ, ਜੇ ਕੋਈ 19-21 ਕਿਤੇ ਹੁੰਦੀ ਹੈ ਤਾਂ ਵੀ ਲੜਾਈ ਤੋਂ ਗੁਰੇਜ਼ ਕੀਤਾ ਜਾਵੇ। ਅੱਜ ਜੋ ਅਸੀਂ ਪੁਜੀਸ਼ਨ ਸੀ ਮੌਕੇ ਦੇ ਮੁਤਾਬਕ ਉਹਨਾਂ ਨੂੰ ਉੱਥੋਂ ਨਿਸ਼ਾਨਦੇਹੀ ਕਰਕੇ ਕਬਜ਼ਾ ਦੇ ਦਿੱਤਾ ਉਹਨਾਂ ਨੂੰ ਦੱਸਤਾ ਵੀ ਇਹ ਤੁਹਾਡੇ ਆਹ ਨੰਬਰ ਹੈ, ਇਹਨਾਂ ਦੀ ਤੁਹਾਡੀ ਮਾਲਕੀ ਹੈ ਭਾਈ, ਅਤੇ ਇਹ ਤੁਹਾਡੇ ਆਪਦਾ ਝੋਨਾ ਸਮਝੋ, ਠੀਕ ਹੈ। ਇਹਨਾਂ ਨੇ ਉਹ ਜੋ ਮੁਆਵਜ਼ੇ ਦੀ ਰਕਮ ਹੈ ਉਹ ਉੱਥੇ ਜਮ੍ਹਾਂ ਕਰਾਈ ਹੋਈ ਹੈ ਸ਼ਾਇਦ ਕੋਰਟ ਦੇ ਵਿੱਚ ਜੀ, ਅਤੇ ਜੋ ਮੁਆਵਜ਼ਾ ਜਮ੍ਹਾਂ ਹੋਇਆ ਤਾਂ ਉਹ ਝੋਨਾ ਵੀ ਉਹਨਾਂ ਦਾ ਹੀ ਹੈ ਸਮਝੋ। ਬੜੀ ਪ੍ਰਸ਼ਾਸਨ ਨੇ ਵੀ ਘਾਲਣਾ ਘੱਲੀ ਹੈ ਬੜੀ, ਬਹੁਤ ਜ਼ਿਆਦਾ ਜੀ। ਪੁੱਛੋ ਨਾ ਜੀ, ਆ ਵੇਖੋ ਤੁਸੀਂ ਹਾਲ ਮੇਰਾ ਕੀ ਹੋਇਆ ਬਸ। ਪਰ ਆਖਿਰਕਾਰ ਅੱਜ ਸਿੱਟੇ ਤੇ ਪਹੁੰਚ ਗਏ, ਸਿੱਟੇ ਤੇ ਪਹੁੰਚ ਗਏ। ਹੁਣ 40 ਸਾਲ ਜਿਹੜਾ ਕਾਨੂੰਨੀ ਲੜਾਈ ਲੜੀ ਆ, ਉਸ ਤੋਂ ਬਾਅਦ ਇਹ ਮਾਲਕ ਬਣ ਗਏ। ਬਿਲਕੁਲ ਜੀ, ਮਾਲਕ ਬਣ ਗਏ। ਠੀਕ ਹੈ, ਇਹ ਹੁਣ ਮਾਲਕ ਕੌਣ ਨੇ ਜੀ ਇਹਦੇ? ਮਾਲਕ ਤਾਂ ਇਹ ਵੇਖੋ ਜੀ, ਪਹਿਲਾਂ ਵੀ ਕਾਗਜ਼ਾਂ ਵਿੱਚ ਸੀ ਜੀ, ਇਹ ਨਾ ਜੀ 6 ਕਿੱਲਿਆਂ ਦਾ ਇਹਨਾਂ ਦਾ ਕੋਈ ਸਾਂਝਾ ਟੱਕ ਸੀ, ਜਿਹਦੇ ਵਿੱਚੋਂ 4 ਕਿੱਲੇ ਪਰਮਜੀਤ ਸਿੰਘ ਵਗੈਰਾ ਜਿਹੜਾ ਸੀ ਉਹਨਾਂ ਦੇ ਸੀ, 2/3 ਹਿੱਸਾ, ਅਤੇ 1/3 ਹਿੱਸਾ ਮੱਖਣ ਸਿੰਘ ਵਗੈਰਾ ਦੇ ਸੀਗੇ, ਮੱਖਣ ਸਿੰਘ ਇਕੱਲੇ ਦੇ ਸੋਰੀ, ਅਤੇ ਉਹ 1/3 ਹਿੱਸੇ ਦਾ ਮਾਲਕ ਸੀ। ਉਹਨੂੰ 2 ਕਿੱਲਿਆਂ ਦੀ ਉਹਦੇ ਨਾਲ ਗਰਦੌਰੀ ਬਦਸਤੂਰ ਚੱਲਦੀ ਆ ਰਹੀ ਹੈ, ਚੱਲਦੀ ਆ ਰਹੀ। ਪਰ ਉਹ ਪਰਮਜੀਤ ਸਿੰਘ ਨੇ ਕਬਜ਼ਾ ਸਾਰੇ 'ਤੇ ਕੀਤਾ ਹੋਇਆ ਸੀਗਾ ਦੂਜੀ ਪਾਰਟੀ ਨੇ, ਅਤੇ ਇਹਨੂੰ 2 ਕਿੱਲੇ ਜਿਹੜੇ ਛੱਡੇ ਨਹੀਂ ਹੋਏ ਸੀ, ਇਸ ਕਰਕੇ ਹੁਣ ਇਹਨਾਂ ਨੂੰ ਅਸੀਂ ਦਵਾ ਦਿੱਤੇ ਆ ਉਹ ਨੰਬਰ ਖਸਰਾ, ਵੀ ਕਹਿ ਤਾ ਆਹ ਭਾਈ ਤੁਹਾਡੀ ਮਾਲਕੀ ਹੈ, ਇਹ ਤੁਹਾਡੀ ਕਾਸ਼ਤ ਹੈ ਇਹ। ਅੱਜ ਸਾਡਾ ਕੇਸ ਹੈਗਾ ਜੀ 1990 ਦਾ, ਮੱਖਣ ਸਿੰਘ ਚਿਮਨ ਸਿੰਘ ਸਾਡੇ ਨਾਮ ਜ਼ਮੀਨ ਹੈਗੀ, ਜਿਹਦਾ ਕੇਸ ਅੱਜ ਸਾਡੇ ਹੱਕ 'ਚ ਹੋ ਗਿਆ। ਸਾਨੂੰ ਅੱਜ ਕਬਜ਼ਾ ਮਿਲ ਗਿਆ, ਅਤੇ ਅੱਜ ਕਾਨੂੰਗੋ ਪਟਵਾਰੀ ਨਾਲ ਫੋਰਸ ਆਈ ਹੈ, ਸਾਨੂੰ ਕਬਜ਼ਾ ਦਵਾ ਕੇ ਜੀ ਕਿੱਲੇ 'ਚ ਗੱਡ ਦਿੱਤੇ ਆ। ਅੱਜ ਤੋਂ ਬਾਅਦ ਅਸੀਂ ਇਹਦੇ ਮਾਲਕ ਹੈਗੇ ਹਾਂ, ਅਤੇ ਅਸੀਂ ਜੱਜ ਸਾਹਿਬ ਦਾ, ਸਰਕਾਰ ਦਾ, ਸਭ ਦਾ, ਤੁਹਾਡੇ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਸਾਡੀ 35-36 ਸਾਲ ਪੁਰਾਣੀ ਸਾਨੂੰ ਜ਼ਮੀਨ ਸਾਨੂੰ ਮਿਲ ਪਈ, ਤਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਜਿਹੜਾ ਅੱਜ ਨਿਸ਼ਾਨਦੇਹੀ ਜਿਹੜੀ ਹੈ ਇਹ ਕੰਪਿਊਟਰਾਈਜ਼ ਹੋਈ ਕਿੱਦਾਂ? ਕੰਪਿਊਟਰਾਈਜ਼ ਹੋਈ, ਪੱਥਰ ਮਿਲ ਗਏ? ਪੱਥਰ ਮਿਲ ਗਏ ਜੀ। ਅੱਛਾ, ਹਾਂਜੀ। ਅਤੇ ਜਿਹੜੀ ਨਿਸ਼ਾਨਦੇਹੀ ਉਹਦੇ ਤੋਂ ਤੁਸੀਂ ਸੰਤੁਸ਼ਟ ਹੋ? ਹਾਂਜੀ ਸਰ। ਠੀਕ ਹੈ, ਅਤੇ 40 ਸਾਲ ਚੱਲੀ ਇਹ ਕਾਨੂੰਨੀ ਲੜਾਈ? 40 ਸਾਲ ਚੱਲੀ ਹੈ ਜੀ। ਅਤੇ ਅੱਜ ਜਾ ਕੇ ਇਨਸਾਫ ਮਿਲਿਆ? ਅੱਜ ਇਨਸਾਫ ਮਿਲਿਆ ਸਰ। ਅੱਗੇ ਵੀ ਆਏ ਸੀ 3 ਵਾਰੀ ਕਬਜ਼ਾ ਦਿਵਾਉਣ, ਅੱਗੇ ਇੱਕ ਜ਼ਮੀਨ ਨਹੀਂ ਮਿਲੀ ਜਾਂ ਫਿਰ ਅੱਗੇ ਪਿੱਛੇ ਹੋ ਗਿਆ ਜ਼ਮੀਨ, ਇਸ ਕਰਕੇ ਅੱਜ ਨਿਸ਼ਾਨਦੇਹੀ ਕੰਪਿਊਟਰ ਜੈਡ ਕੰਪਿਊਟਰ ਵਾਲਾ ਆਇਆ ਸਰ, ਨਿਸ਼ਾਨਦੇਹੀ ਕਰਾ ਕੇ ਇਸ ਕਿੱਲੇ ਠੋਕ ਦਿੱਤੇ। ਖੁਸ਼ ਹੋ ਅੱਜ? ਹਾਂਜੀ, ਬਹੁਤ ਖੁਸ਼ ਹਾਂ ਜੀ। ਜ਼ਮੀਨ ਦੀ ਹੱਕ ਮਿਲ ਗਿਆ? ਹੱਕ ਮਿਲ ਗਿਆ ਸਾਨੂੰ ਆਪਦਾ। ਅਸੀਂ ਖੁਸ਼, ਸਾਨੂੰ 40 ਸਾਲਾਂ ਬਾਅਦ ਕਬਜ਼ਾ ਸਾਨੂੰ ਮਿਲ ਗਿਆ ਅੱਜ, ਅਸੀਂ ਬਹੁਤ ਖੁਸ਼ ਹਾਂ, ਬਹੁਤ ਹੀ ਅਸੀਂ ਮਾਲਕ ਅਤੇ ਬਹੁਤ ਹੀ ਖੁਸ਼ ਹਾਂ, 40 ਸਾਲਾਂ ਬਾਅਦ ਸਾਨੂੰ ਅੱਜ ਸਾਡਾ ਹੱਕ ਮਿਲਿਆ ਹੈ। ਜੇ ਪਿਓ ਜਿੰਦਾ ਆਉਂਦੇ ਜਿੰਦੇ ਜੀ ਮਿਲ ਜਾਂਦਾ ਤਾਂ ਖੁਸ਼ੀ ਹੋਰ ਹੋਣੀ ਸੀ? ਹੋਰ ਹੋਣੀ ਸੀ, ਪਰ ਨਹੀਂ, ਉਹਦਾ ਨਹੀਂ ਸਾਨੂੰ ਮਿਲਾ, ਹੁਣ ਸਾਨੂੰ ਹੱਕ ਸਾਡਾ ਮਿਲਾ ਹੈ, ਹੁਣ ਸਾਡੇ ਡੈਡੀ ਦੀ ਆਤਮਾ ਨੂੰ ਸ਼ਾਂਤੀ ਆ ਜਾਵੇ। ਕਿੰਨੇ ਹੁਣ ਮਾਲਕ ਹੋ ਤੁਸੀਂ? ਅਸੀਂ 7 ਜਣੇ। ਤੇ ਕਿੰਨੀ ਪੈਲੀ ਹੈ? 2 ਕਿੱਲੇ। 2 ਕਿੱਲੇ, ਹਾਂਜੀ। ਅੱਜ ਨਿਸ਼ਾਨਦੇਹੀ ਹੋ ਗਈ? ਹਾਂਜੀ, ਹੋ ਗਈ। ਠੀਕ ਹੈ ਜੀ। ਅੱਜ ਨਾ ਵਿਆਹ ਨਾਲ ਵੀ ਜ਼ਿਆਦਾ ਖੁਸ਼ੀ ਹੈ ਵੀ 40 ਸਾਲਾਂ ਬਾਅਦ ਗਰੀਬ ਕੇਸ ਝਗੜ ਝਗੜਦੇ 40 ਸਾਲਾਂ ਬਾਅਦ ਉਹਨਾਂ ਨੂੰ ਜ਼ਮੀਨ ਮਿਲੀ ਹੈ। ਉਹਨਾਂ ਦੇ ਪਿਓ ਦਾਦੇ ਟੁਰ ਗਏ ਇਹ ਪੈੜੀ ਦੇ ਕੇਸ ਝਗੜਦੇ, ਅਤੇ ਅੱਜ ਵਿਆਹ ਨਾਲ ਵੀ ਖੁਸ਼ੀ ਜ਼ਿਆਦਾ ਹੈ ਵੀ ਸਾਡਾ ਹੱਕ ਸਾਨੂੰ ਮਿਲ ਗਿਆ। ਕਿੰਨਾ ਕੁ ਔਖਾ ਸੀ 40 ਸਾਲ ਅਦਾਲਤਾਂ ਦੇ ਵਿੱਚ ਜਾਣਾ? ਕਹਿੰਦੇ ਦਿਹਾੜੀ ਮਜ਼ਦੂਰੀ ਕਰਦੇ। ਹਾਂਜੀ ਹਾਂਜੀ, ਬਹੁਤ ਔਖਾ ਵੀ ਘਰੇ ਚਾਹੇ ਆਟਾ ਹੈਗਾ ਚਾਹੇ ਨਹੀਂ ਹੈਗਾ, ਪਰ ਤਰੀਕ 'ਤੇ ਨਾ ਜਾਣਾ ਹੀ ਜਾਣਾ, ਕਿਸੇ ਆਂਢ ਗੁਆਂਢ ਨੂੰ ਠੱਗ, ਕਦੇ ਕਿਸੇ ਸੱਜਣ ਮਿੱਤਰ ਨੂੰ ਠੱਗ, ਕਿਰਾਇਆ ਬੜਾ ਨਾ ਪਰਨਾ ਹੀ ਬਣਨਾ, ਜਾਣਾ ਹੀ ਜਾਣਾ। ਕਿੰਨੇ ਵਾਰਸ ਨੇ ਉਹਨਾਂ ਦੇ? ਇਹ ਹੈਗੇ ਆ 6-7 ਵਾਰਸ ਇਸ ਜ਼ਮੀਨ ਦੇ। ਹਾਂਜੀ। ਅਤੇ ਜਿਹੜੇ ਇਹਨਾਂ ਦੇ ਬਜ਼ੁਰਗ ਸੀ ਉਹ ਵੀ ਕੇਸ ਲੜਦੇ? ਹਾਂਜੀ ਹਾਂਜੀ, ਕੇਸ ਝਗੜਦੇ ਝਗੜੇ ਫੌਤ ਹੋ ਗਏ। ਜੋ 40 ਸਾਲ ਕਾਬਜ਼ ਰਿਹਾ ਬੰਦਾ, ਹਾਂਜੀ ਹਾਂਜੀ, ਉਹਨੇ 40 ਸਾਲ 'ਚ ਜਿਹੜੀ ਕਮਾਈ ਕੀਤੀ ਹੈ, ਹਾਂਜੀ ਹਾਂਜੀ, ਉਹ ਵੀ
ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ ਉਹਦਾ ਕੁਛ ਨਾ ਕੁਛ ਦਵਾਉਣਾ ਚਾਹੀਦਾ, ਵੀ ਇੰਨੇ ਸਾਲ ਹੁੰਦੇ ਬਾਈ ਹੁਣ ਘਣਾ ਨਹੀਂ ਤਾਂ 80-90 ਹਜ਼ਾਰ ਰੁਪਇਆ ਕਿੱਲੇ ਦਾ ਠੇਕਾ ਹੈਗਾ, ਸਾਲ ਦਾ ਠੇਕਾ ਜਿਹੜਾ ਪੈਲੀ ਲਈ ਦਾ, ਅਤੇ ਤੁਸੀਂ ਹਿਸਾਬ ਲਾਓ ਵੀ 40 ਸਾਲ ਹੋ ਗਏ ਇਹਨਾਂ ਨੂੰ ਬੀਜਦਿਆਂ ਨੂੰ, 1.5 ਲੱਖ ਹੀ ਲਾ ਲਓ ਸਾਲ ਦਾ। ਹਾਂਜੀ ਹਾਂਜੀ 1.5 ਲੱਖ ਲਾ ਲਓ ਤੁਸੀਂ, 60 ਲੱਖ ਰੁਪਈਆ। ਹਾਂਜੀ ਹਾਂਜੀ 40 ਸਾਲਾਂ ਦਾ 60 ਲੱਖ ਬਣਦਾ, ਉਹ ਤਾਂ ਉਹਨੇ ਕਮਾਈ ਕਰ ਲਈ ਨਾ। ਹਾਂਜੀ ਹਾਂਜੀ ਕਰ ਲਈ ਕਮਾਈ, ਅਤੇ ਉਹਨੇ ਇਹਦੇ ਤੋਂ ਕਮਾਈ ਕਰਕੇ ਕੇਸ ਚੱਕੜਿਆ। ਹਾਂਜੀ ਹਾਂਜੀ ਉਹ ਤਾਂ ਵਿੱਚੋਂ ਕਮਾ ਕੇ ਖਾਂਦਾ ਰਿਹਾ, ਲਾਉਂਦਾ ਰਿਹਾ ਵਿੱਤੇ, ਅਤੇ ਇਹ ਜਿਹੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਕੇ ਉੱਤੇ ਲਾਉਂਦੇ ਰਹੇ ਨੇ ਪੈਸੇ। ਕੀ ਕਹੋਗੇ ਸਾਡੇ ਸਿਸਟਮ ਨੂੰ ਲੈ ਕੇ, ਸਾਡੇ ਕਾਨੂੰਨੀ ਸਿਸਟਮ ਨੂੰ ਲੈ ਕੇ ਕੀ ਕਹੋਗੇ? ਇਹ ਤਾਂ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜਾ ਇੰਨਾ ਚਿਰ ਕਿੰਨੇ ਧੱਕਾ ਕੀਤੇ ਰੱਖਿਆ ਉਹਨੂੰ ਕੁਛ ਨਾ ਕੁਛ ਸਰਕਾਰ ਪਾਉਣਾ ਚਾਹੀਦਾ ਹੈ, ਮੁਆਵਜ਼ਾ ਜਾਂ ਕੋਈ ਇਹੋ ਜਿਹਾ, ਵੀ ਇੰਨੇ ਸਾਲ ਜਿਹੜਾ ਧੱਕਾ ਕੀਤੇ ਰੱਖਿਆ ਸੀ, ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਇਹੋ ਜਿਹੇ ਬੰਦੇ 'ਤੇ। ਦੇਰੀ ਹੋਈ ਪਰ ਇਨਸਾਫ ਮਿਲ ਗਿਆ। ਹਾਂਜੀ 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 ਬਹੁਤ ਖੁਸ਼ ਹਾਂ ਜੀ, ਅੱਜ ਕਾਨੂੰਨ 'ਤੇ ਵੀ ਬੜੇ ਖੁਸ਼ ਹਾਂ ਅਸੀਂ ਵੀ, ਕੁਛ ਨਾ ਕੋਈ ਇੰਡੀਆ ਦਾ ਕਾਨੂੰਨ ਹੈਗਾ ਜਿਹੜਾ ਇਨਸਾਫ ਦਵਾਉਂਦਾ ਜੀ ਸਾਨੂੰ।